اعوذ باللہ من الشیطان الرجیم بسم اللہ الرحمن الرحیم السلام علیکم ناظرین ਤੁਸੀਂ ਵੇਖ ਰਹੇ ਹੋ ਬਿਸ਼ਾਰਤਲੀ ਟੀਵੀ اور ਮੈਂ ਤੁਹਾਡਾ ਮੇਜ਼ਬਾਨ ਬਿਸ਼ਾਰਤ ਅਲੀ ਅੱਜ ਦੀ ਮਾਸ਼ਾਅੱਲਾ ਵੀਡੀਓ ਜੀ ਲਾ ਪਾਗਦੇ ਬਾ برکت اور پاک نام ਤੋਂ سٹارਟ ਕਰ ਰਹੇ ਹਾਂ ਮਾਸ਼ਾਅੱਲਾ اور ਜਿਨੇ ਵੀ ਸਾਡੇ سبسکرਾਈਬਰ ਨੇ ਦੋਸਤ ਨੇ ਉਹਨਾਂ ਦੀ ਆਸਾਨੀ ਲਈ ਜਿਹੜੇ ਲਾਹੌਰ ਦੇ ਗੁਰਦੁਆਰਾ ਜੇ ਰਹਿੰਦੇ ਨੇ ਉਹਨਾਂ ਲਈ ਬਹੁਤ ਹੀ ਬੜੀ ਆਸਾਨੀ ਹੈ ਉਹ ਇਸ ਤਰ੍ਹਾਂ ਕਿ ਆਰਫ ਵਾਲੇ ਦੇ ਇਹ ਮਾਸ਼ਾਅੱਲਾ ਸਾਰੇ ਜਾਨਵਰ کافی سارے ਜਾਨਵਰ ਨੇ 8 ਤੋਂ 10 ਜਾਨਵਰ ਜਿਹੜੇ ਕਿ ਭਾਈ ਸਖਾਵਤ ਅਲੀ ਤੁਸੀਂ ਜਾਣਦੇ ਹੋਵੋਗੇ ਆਪਣੇ ਚੈਨਲ ਤੇ ਬਿਸ਼ਰਾਤ ਅਲੀ ਟੀਵੀ ਤੇ ਉਹਨਾਂ ਦੀਆਂ ਵੀਡੀਓ ਲਗਦੀਆਂ ਰਹਿੰਦੀਆਂ ਨੇ ਉਹ ਮਾਸ਼ਾਅੱਲਾ ਜਾਨਵਰ ਲਾਹੌਰ ਲੈ ਕੇ ਗਏ ਹੋਏ ਨੇ ਜੀ ਲਾਹੌਰ ਉੱਥੇ ਤਕਰੀਬਨ 10 ਜਾਨਵਰ ਨੇ ਕੁਝ ਜਾਨਵਰਾਂ ਦੀਆਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਾ ਖਾਦ ਦੇਵਾਂਗੇ ਬਾਕੀ ਮਜ਼ੀਦ ਡਿਟੇਲ ਲਈ ਕਿਸੇ ਭਾਈ ਨੇ ਜਾਣਾ ਹੋਵੇ ਉੱਥੇ ਜਾ ਕੇ ਉੱਤੇ ਜਾਨਵਰ ਦੇਖਣੇ ਹੋਣ ਜਿਹੜੇ ਲਾਹੌਰ ਦੇ ਬਿਲਕੁਲ ਕਰੀਬ ਨੇ ਜਾਂ ਲਾਹੌਰ ਚ ਹੀ ਰਹਿੰਦੇ ਨੇ ਉਹਨਾਂ ਲਈ ਬੜੀ ਆਸਾਨੀ ਹੈ ਜਾ ਕੇ ਵੇਖ ਕੇ ਚੋ ਕੇ ਆਪਣੀ ਤਸੱਲੀ ਨਾਲ ਉਹ ਜਾਨਵਰ ਇਹਨਾਂ ਚੋਂ ਜਿਹੜਾ ਪਸੰਦ ਆਵੇ ਉਹ ਖਰੀਦ ਸਕਦੇ ਨੇ ਗਾਮਾਂ ਵੀ ਹੈਗੀਆਂ ਨੇ ਵਿੱਚ ਤੇ ਜਨਮਨ ਆਰਫ ਅਲੇ ਦਾਮਾਲ ਜੀ ਲਾਹੌਰ ਗਿਆ ਹੋਇਆ ਹੈ ਉੱਥੇ ਲੈ ਕੇ ਗਏ ਹੋਏ ਨੇ ਤੇ ਕੰਟੈਕਟ ਨੰਬਰ ਉਹਨਾਂ ਦਾ ਸਕਰੀਨ ਤੇ ਲੱਗਿਆ ਹੋਇਆ ਹੈ ਕੋਈ ਵੀ ਭਾਈ ਆਪਣੀ ਤਸੱਲੀ ਕਰੇ ਤੇ ਜਾਨਵਰ ਚੈੱਕ ਕਰੇ ਇਹ ਜਾਨਵਰ ਤੁਹਾਡੇ ਸਾਹਮਣੇ ਸਾਰੇ ਥੋੜੀ ਥੋੜੀ ਵੀਡੀਓ ਜਿੰਨਾਂ ਦੀ ਵੀ ਹੈ ਉਹ ਦਿਖਾ ਰਹੇ ਆ ਡਿਟੇਲ ਬਾਕੀ ਇਹਨਾਂ ਦੀ ਤੁਸੀਂ ਉਹ ਭਾਈ ਸਖਾਪਤ ਨੂੰ ਲੈ ਸਕਦੇ ਹੋ ਉਹਨਾਂ ਦਾ ਨੰਬਰ ਤੁਹਾਨੂੰ ਮਿਲ ਜਾਏਗਾ ਕੀ ਡਿਮਾਂਡ ਹੈ ਕੀ ਸਬਕਤਾਵੇ ਉਹ ਸਾਰੀ ਡਿਟੇਲ ਤੋਂ ਨੂੰ ਅਸੀਂ ਡੀ ਡੀ ਐ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਪੂਰੀ ਡਿਟੇਲ ਜਿਹੜੀ ਏ ਉਹ ਪੁੱਛ ਸਕਦੇ ਹੋ ਜਨਵਰਾਂ ਦੀ WhatsApp ਵੀਡੀਓ ਆਈ ਏ ਜੀ ਉੱਥੋਂ ਤੇ WhatsApp ਤੇ ਅਕਸਰ ਵੀਡੀਓ ਦਾ ਰਿਜ਼ਲਟ ਹੋ ਨਹੀਂ ਰਹਿੰਦਾ ਤੇ ਉਹਦੇ ਲਈ ਮਾਫ਼ਰਤ ਬਾਕੀ ਜੈਸੀ ਹੈ ਉਹ ਤੁਹਾਡੇ ਵੀਰਾਂ ਪਰਾਵਾਂ ਦੇ ਹਰ ਚੀਜ਼ ਸਾਹਮਣੇ ਚੱਲ ਰਹੀ ਏ ਲੋਕੇਸ਼ਨ ਮੈਂ ਥੋੜੀ ਜੀ ਦੱਸ ਦਿੰਨਾ ਕਿ ਲਾਹੌਰ ਜੱਲੋ ਮੋੜੇ ਕਰੀਬ ਉੱਥੇ ਕੋਈ ਜਗ੍ਹਾ ਉੱਥੇ ਇਹ ਮਾਸ਼ਾਅੱਲਾ ਡੇਰੇ ਤੇ ਜਾਨਵਰ ਖੜੇ ਨੇ ਬਾਕੀ ਮੋਬਾਈਲ ਨੰਬਰ ਹੈ ਕਿਸੇ ਭਾਈ ਨੂੰ ਜ਼ਰੂਰ ਤੋਂ ਉਹ ਮੋਬਾਈਲ ਤੋਂ ਪੂਰੀ ਲੋਕੇਸ਼ਨ ਜਿਹੜੀ ਲੈ ਸਕਦਾ ਹੈ ਮੇਨ ਲੋਕੇਸ਼ਨ ਹੈ ਜਿਹੜੀ ਤੁਹਾਨੂੰ ਦੱਸ ਦਿੱਤਾ ਜੱਲੋ ਮੋੜ ਚੱਲੋ ਮੋੜ ਦੇ ਨਾਲ ਗੁਰਕੀ ਹਸਪੀਟਲ ਹੈ ਜੀ ਉਹਦੇ ਬਿਲਕੁਲ ਕਰੀਬ ਹੀ ਨੇ ਇਸ ਖਾਬ ਜਿੱਥੇ ਜਾਨਵਰ ਨੇ ਬਾਕੀ ਜਾਨਵਰ ਤੁਹਾਡੇ ਸਾਹਮਣੇ ਵੀਡੀਓ ਹਲਕੀ ਹਲਕੀ ਸਾਰਿਆਂ ਦੇ ਜਾਨਵਰਾਂ ਦੀ ਤੁਹਾਡੇ ਸਾਹਮਣੇ ਆਏਗੀ ਦਿਖਾਵਾਂਗੇ ਸੋਹਣੇ ਮਾਸ਼ਾਅੱਲਾ ਜਾਨਵਰ ਨੇ ਚੋਟੀ ਦੇ ਥੱਬਿਆਂ ਦੇ ਜਾਨਵਰ ਜਿੰਨਾ ਥੱਲੇ ਮਾਸ਼ਾਅੱਲਾ ਥੱਬਿਆਂ ਦੇ ਹਵਾਨੇ ਨੇ ਸੋਹਣੇ ਹਵਾਨੇ ਨੇ ਸੋਹਣੇ ਮਾਸ਼ਾਅੱਲਾ ਮੱਜਾ ਨੇ ਤੁਹਾਡੇ ਸਾਹਮਣੇ ਹਰ ਚੀਜ਼ ਹੈ ਪਤਾ ਚੱਲ ਗਿਆ ਹੁਣ ਕਿਉਂਕਿ ਤੀਸਰਾ ਜਾਂ ਸ਼ਾਇਦ ਦੂਸਰਾ ਜਾਨਵਰ ਤੋਂ ਦਿਖਾ ਰਹੇ ਹਾਂ ਮਾਸ਼ਾਅੱਲਾ ਇਹ ਬਿਹਤਰੀਨ ਜਾਨਵਰ ਨੇ ਜੀ ਬਿਹਤਰੀਨ ਮਾਸ਼ਾਅੱਲਾ ਦੁੱਧਾਂ ਵਾਲੇ ਵਿਰਲਾ ਥਨ ਚੈੱਕ ਕਰੋ ਹਵਾਨੇ ਦੀ ਲਾਮ ਚੈੱਕ ਕਰੋ ਮਾਸ਼ਾਅੱਲਾ ਇਸ ਜਾਨਵਰ ਦੀ ਪਹਿਲੇ ਵੀ ਜਿਹੜੇ ਜਾਨਵਰ ਦਿਖਾਏ ਨੇ ਉਹਨਾਂ ਥੱਲੇ ਵੀ ਉਹਨਾਂ ਥੱਲੇ ਵੀ ਮਾਸ਼ਾਅੱਲਾ ਪੂਰੇ ਪੰਡਾਂ ਦੇ ਬਿਲਕੁਲ ਪੰਡਾਂ ਦੇ ਹਵਾਨੇ ਦੇਖੋ ਮਾਸ਼ਾਅੱਲਾ ਵਿਰਲ ਤੇ ਔਰ ਜਿਹਨੂੰ ਲਾਟੂ ਥਨ ਬੋਲਦੇ ਨੇ ਖੂਬਸੂਰਤ ਥਨ ਬੋਲਦੇ ਨੇ ਉਹ ਮਾਸ਼ਾਅੱਲਾ ਜਾਨਵਰ ਨੂੰ ਇੱਕ ਹੱਡੀ ਬਰੀਕ ਚੰਬੜੀ ਹੱਡੀਆਂ ਚੌੜੀ ਉੱਤੋਂ ਜਾਨਵਰ ਵੇਖ ਸਕਦੇ ਹੋ ਤੁਸੀਂ ਕਿੰਨੇ ਮਾਸ਼ਾਅੱਲਾ ਇਹ ਬੱਚਾ ਹੈ ਜੀ ਇਹ ਬੱਚੇ ਨੇ ਜਾਨਵਰਾਂ ਸਾਰਿਆਂ ਦੇ ਸੋਏ ਨੇ ਜਾਨਵਰ ਸਾਰੇ ਐਦਾ ਬੱਚਾ ਹੈ ਲਾਸਟ ਵਾਲਾ ਇਹ ਗਾਂ ਵੀ ਹੈ ਜੀ ਗਾਂ ਟੋੜੀਆਂ ਨਜ਼ਰਾਂ ਸਾਹਮਣੇ ਇਸ ਤੋਂ ਹਟਕੇ ਵੀ ਜਾਨਵਰ ਹੈਗੇ ਨੇ ਜੀ ਜਿਨ੍ਹਾਂ ਦੀ ਵੀਡੀਓ ਨਹੀਂ ਦਿਖਾਈ ਗਈ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਣੀ ਸੀ ਤੇ ਬਾਕੀ ਹੋਰ ਵੀ ਮਜ਼ੀਦ ਜਾਨਵਰ ਖੜੇ ਨੇ ਬਾਕੀ ਆ ਜਿਹੜੇ ਮੋਟੇ-ਮੋਟੇ ਜਾਨਵਰ ਸੀ ਉਹ ਤੁਹਾਨੂੰ ਦਿਖਾ ਦਿੱਤੇ ਨੇ ਤੇ ਬਾਕੀ ਫਾਰ ਡਿਟੇਲ ਲਈ ਇਹਨਾਂ ਦੀ ਕੀਮਤ ਦੁੱਧ ਇਹ ਤੁਸੀਂ ਨੰਬਰ ਤੁਹਾਨੂੰ ਉੱਤੇ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਆਪ ਤਾਂ ਕਰ ਸਕਦੇ ਹੋ ਤੇ ਇਹਨਾਂ ਦੀ ਡਿਟੇਲ ਲੈ ਸਕਦੇ ਹੋ ਗਾਂ ਦੇਖ ਲਓ ਮਾਸ਼ੱਲਾ ਪੰਡਾਂ ਦਾ ਇਹਦੇ ਕੋਲ ਵੀ ਹਵਾਨਾ ਹੈ ਸਿਰ ਤੋਂ ਕੋਨੀ ਠੀਕ ਹੈ ਤੇ ਸੋਨਾ ਜਾਨਵਰੇ ਐ ਵੀ ਸਾਰੇ ਜਾਨਵਰੀ ਮਾਸ਼ਾਅੱਲਾ ਉੱਥੇ ਖੂਬਸੂਰਤ ਬੰਨੇ ਹੋਏ ਨੇ ਜੀ ਤਾਂ ਕਿ ਦੋਸਤਾਂ ਨੂੰ ਚੀਜ਼ਾਂ ਪਸੰਦ ਆਣ ਇਹ ਦੇਖੋ ਮਾਸ਼ਾਅੱਲਾ ਮੱਝ ਔਰ ਗਵਾਲ ਵਾਸਤੇ ਤੇ ਬਿਹਤਰੀਨ ਜਾਨਵਰ ਨੇ ਵਿੱਚ ਕਾਫੀ ਦੁੱਧ ਵਾਲੇ ਜਾਨਵਰ ਨੇ ਔਰ ਮਕੂਲ ਵੀ ਨੇ ਬਾਕੀ ਇਨਸ਼ਾਅੱਲਾ ਮਜ਼ੀਦ ਅੱਛੀਆਂ ਔਰ ਇਹੋ ਜਿਹੀਆਂ ਵੀਡੀਓ ਲੈ ਕੇ ਤੁਹਾਡੇ ਇਦਮਦ ਵਿੱਚ ਹਾਜ਼ਰ ਹੁੰਦੇ ਰਵਾਂਗੇ ਉਸ ਟੈਂਪਰਿਕਰ ਸਾਨੂੰ ਇਜਾਜ਼ਤ ਦਿਓ ਆਪਣੇ ਇਰਦ ਗਿਰਦ ਰਹਿਣ ਵਾਲਿਆਂ ਦਾ ਖਿਆਲ ਰੱਖਣਾ ਹੈ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ